ਹੈਗਾ ਨਿਊ ਹੋਲੈਂਡ 36 TX ਮਾਡਲ, 4,95,000 ਰੁਪਏ ਡਿਮਾਂਡ ਹੈ। ਹਾਂਜੀ, ਸਪੀਡ ਦੇ ਵਿੱਚ ਟੌਪ ਮਾਡਲ ਸਾਡੀ ਹੈ ਜੀ, 745 ਤੋਂ। ਕਿੰਨੇ ਮਾਡਲ ਦਾ ਟਰੈਕਟਰ ਹੈ ਜੀ ਇਹ? 20 ਮਾਡਲ ਹੈ ਵੀਰੇ। ਕੀ ਡਿਮਾਂਡ ਕਰਦੇ ਆ ਜੀ? 4,65,000 ਰੁਪਏ। ਪਰ 4,50,000 ਦਾ ਟਰੈਕਟਰ ਆਪਾਂ ਦੇ ਦਿਆ ਪੂਰਾ 4,50,000 ਦਾ। ਵੀਡੀਓ ਦੇਖ ਕੇ ਆਉਂਦਾ ਕੋਈ ਬੰਦਾ ਬਿਨਾ ਮੰਡੀ ਤੋਂ, ਮਾਨ ਕਰਕੇ ਆਉਂਦਾ ਯਾਰ ਵੀ ਮੈਂ ਸਪੈਸ਼ਲੀ ਟਰੈਕਟਰ ਵੇਖਣਾ ਆਇਆਗਾ। ਠੀਕ ਹੈ ਜੀ। 5,000 ਹੋਰ ਵੀ ਕਰ ਦਿਆ ਜੀ ਅਰਜਾ ਬੈਲੀ। ਕਿੰਨੇ ਮਾਡਲ ਹੈ ਜੀ ਇਹ? 2009 605 DI। ਹਾਂ, ਇਹਦੀ ਕੀ ਡਿਮਾਂਡ ਕਰਦੇ ਹੋ ਜੀ? 3,500,000 ਰੁਪਿਆ DI 35 ਦਾ। ਇਹ ਵੀ 20 ਮਾਡਲ ਹੈ ਜੀ। ਇਹਦੀ ਕੀ ਡਿਮਾਂਡ ਕਰਦੇ ਹੋ ਜੀ? ਇਹਦੀ 4,55। ਕੰਟੈਕਟ ਨੰਬਰ ਬੋਲ ਦਿਓ। ਕੰਟੈਕਟ ਨੰਬਰ ਵੀਰੇ ਆਪਣਾ 91-7,92-32-36-36। ਠੀਕ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ। ਤੇ ਆਪਾਂ ਖੜੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ, ਤੇ ਤੁਹਾਨੂੰ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਦਿਖਾਉਣੇ ਆ। ਬਾਈ ਕੁਲਵੀਰ ਆਪਣੇ ਨਾਲ ਆ, ਸਾਰੀ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਠਾਕ ਹੋ? ਹਾਂ ਵਧੀਆ ਜੀ, ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ। ਹਾਂਜੀ, ਹੋਰ ਬਾਈ ਠੀਕ ਠਾਕ? ਹਾਂਜੀ, ਲੋਕੇਸ਼ਨ ਦੱਸ ਦਿਓ ਪਹਿਲਾਂ ਜੀ ਆਪਣੀ। ਲੋਕੇਸ਼ਨ ਹੈ ਬਾਈ ਤਲਵੰਡੀ ਸਾਬੋ ਰੋੜੀ ਰੋਡ। ਹਾਂਜੀ, ਜਦੋਂ ਤਲਵੰਡੀ ਤੋਂ ਰੋੜੀ ਨੂੰ ਜਾਂਦੇ ਆ। ਹਾਂਜੀ ਹਾਂਜੀ, ਚੌਂਕ ਤੋਂ ਸੱਜੇ ਹੱਥ ਮਹਿੰਦਰਾ ਏਜੰਸੀ ਦੇ ਨਾਲ 2 ਨੰਬਰ ਪਲਾਟ। ਠੀਕ ਆ ਬਾਈ ਜੀ, ਠੀਕ ਹੈ। ਤੇ ਜਦੋਂ ਆਪਾਂ ਰੋੜੀ ਤੋਂ ਆਉਣੇ ਆ, ਹਾਂਜੀ ਹਾਂਜੀ, ਉਦੋਂ ਜਮਾ ਲਾਸਟ ਤੇ। ਠੀਕ ਆ ਜੀ, ਲਾਸਟ ਤੋਂ 1 ਨੰਬਰ ਪਿੱਛੇ ਪਲਾਟ। ਠੀਕ ਆ ਜੀ, ਕਾਗਜ਼ ਪੱਤਰਾਂ ਜਿੰਮੇ ਬਾਈ ਜ਼ਿੰਮੇਵਾਰੀ ਹੁੰਦੀ ਹੈ ਵੀਰੇ। ਠੀਕ ਆ ਜੀ, ਜੇ ਕਾਗਜ਼ ਪੱਤਰ ਮਾੜੇ ਹੋਣਗੇ ਤਾਂ ਕੈਮਰੇ 'ਚ ਆਉਂਦੀ ਨਹੀਂ। ਠੀਕ ਆ ਬਾਈ ਜੀ, ਹਾਂ। ਤੇ ਕਿੰਨੇ ਕੁ ਟਰੈਕਟਰ ਅਵੇਲੇਬਲ? ਟਰੈਕਟਰ ਤਾਂ ਹੈਗੇ ਬਾਈ 9-10 ਅੱਜ। ਠੀਕ ਆ ਜੀ, ਹਾਂ। ਮੰਡੀ ਦੇ ਮਾਨ ਟਰੈਕਟਰ ਕਿੱਥੇ ਨੇ ਆਪਣੇ? ਘਰੇ ਵੀ ਹੁੰਦੇ ਆ ਬਾਈ। ਠੀਕ ਆ ਜੀ, ਤੇ ਲੋਨ ਵਗੈਰਾ ਹੈਗੇ ਬਾਈ? ਜਿਹੜੇ ਟਰੈਕਟਰ ਤੇ ਲੋਨ ਹਾਂ ਹੁੰਦਾ, ਹਾਂ ਬਾਈ ਦਿੰਦੇ ਆ ਲੋਨ ਵਾਸਤੇ, ਟਰੈਕਟਰ ਵੀ ਦਿੰਦੇ ਆ। ਤੇ ਸਟਾਰਟ ਕਰਦੇ ਆ ਜੀ ਸੋਨਾਲਿਕਾ DI 745 ਤੋਂ। ਕਿੰਨੇ ਮਾਡਲ ਦਾ ਟਰੈਕਟਰ ਹੈ ਜੀ? ਇਹ 20 ਮਾਡਲ ਹੈ ਵੀਰੇ। 20 ਮਾਡਲ ਆ। ਤੇ ਟਾਇਰਾਂ ਦੀ ਕੀ? ਟੌਪ ਮਾਡਲ ਆ ਇਹ। ਹਾਂਜੀ, ਡਬਲ ਕਲਚ ਪਾਵਰ ਸਟੀਅਰਿੰਗ ਨਾਲ ਦੇ ਟਾਇਰ ਹੈ। ਠੀਕ ਆ ਜੀ, ਕੀ ਕੰਡੀਸ਼ਨ ਆ ਟਾਇਰਾਂ ਦੀ? ਟਾਇਰ ਹੈਗੇ 80 ਕੁ ਪੈਸੇ ਦੇ ਟਰੈਕਟਰ ਦੇ। 50 ਹਾਰਸ ਪਾਵਰ ਚ ਆ ਗਿਆ ਜੀ ਇਹ। 50 HP ਦੇ ਵਿੱਚ ਆ ਗਿਆ ਟਰੈਕਟਰ। ਸਿਕੰਦਰ ਮਾਡਲ ਆ। ਸਿਕੰਦਰ ਡਬਲ ਡਿਸਟ੍ਰੀਬਿਊਟਰ, 18 ਤੋਂ ਬਾਅਦ ਸਾਰੀ ਸਿਕੰਦਰ ਹੈ। ਹਾਂਜੀ, 18 ਮਾਡਲ ਡਬਲ ਡਿਸਟ੍ਰੀਬਿਊਟਰ ਜੀ। ਟੌਪ ਮਾਡਲ, ਟੌਪ ਮਾਡਲ, ਟੌਪ ਮਾਡਲ ਆ। ਇਹ ਟਾਇਰਾਂ ਕਿੰਨੇ ਕੁ ਪੈਸੇ ਪਏ ਜੀ? ਟਾਇਰ ਹੈਗੇ 80 ਕੁ ਪੈਸੇ। 80 ਕੁ ਪੈਸੇ। ਇਹ ਸਾਈਡ ਗੇਅਰ ਤੇ ਪਲੇਟਫਾਰਮ ਤੋਂ ਦਿਖਾ ਦੇ ਬੱਬੂ, ਪੂਰਾ ਵਧੀਆ ਪਿਆ ਟਰੈਕਟਰ। ਇਹ ਰੰਗ ਪੈਂਟ ਦਾ ਕਹਿੰਦੇ ਓਰੀਜਨਲ ਹੈ ਵੀਰੇ, ਸਾਰਾ ਓਰੀਜਨਲ ਹੀ ਹੈ, ਓਰੀਜਨਲ ਹੀ ਹੁੰਦਾ ਹੈ। ਤੇ ਕੀ ਡਿਮਾਂਡ ਕਰਦੇ ਆ ਜੀ? 4,65,000 ਰੁਪਏ। 4,65,000 ਰੁਪਏ ਦਾ ਡਿਮਾਂਡ ਆ। ਤੇ ਨੰਬਰ ਇਹਦਾ ਜੀ? ਨੰਬਰ ਇਹਦਾ ਹਰਿਆਣੇ ਦਾ, ਸਰਸੇ ਦਾ। ਠੀਕ ਆ ਜੀ, NOC ਵੀ ਦੇ ਦਿਆਂਗੇ। ਠੀਕ ਆ ਬਾਈ ਜੀ, ਹਾਂ। ਤੇ ਜੇ ਤੇ ਆਪਾਂ ਮਾਨਦਾਨ ਦੀ ਗੱਲ ਕਰੀਏ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜੇ ਹੋਰ ਮੰਡੀ 'ਚ ਜਾ ਵੜੇਗਾ, ਹਾਂ ਜੀ, 20 ਮਾਡਲ ਤੈਨੂੰ 4,65,000 ਤੋਂ ਘੱਟ ਟਰੈਕਟਰ ਮਿਲਦੇ ਜੀ। ਠੀਕ ਆ ਜੀ, ਰੇਟ ਹੀ ਵੱਧ ਭਰਿਆ ਹੋਇਆ, ਰੇਟ ਵੱਧ ਭਰਿਆ ਹੁੰਦਾ। ਹਾਂ ਜੀ, ਪਰ ਆਪਾਂ ਨੂੰ ਤਾਂ ਵੈਸੇ ਐ ਨਹੀਂ ਬਾਹਲਾ ਮਾਨਤਾ ਹੁੰਦਾ ਨੀ ਵੀ ਸਾਰਿਆਂ ਨੂੰ ਰੇਟ ਘੱਟ ਘੱਟ ਕੇ, ਤੇ ਕਈ ਵਾਰ ਚੰਗੀ ਚੀਜ਼ ਹੁੰਦੀ ਹੈ ਬਾਹਲੀ ਚੰਗੀ ਕਮਿਸ਼ਨ ਦਾ ਰੇਟ ਵੱਧ ਵੀ ਜਾਂਦਾ। ਹਾਂ ਜੀ ਹਾਂ ਜੀ, ਪਰ 4,50,000 ਦਾ ਰੇਟਰ ਆਪਾਂ ਦੇ ਦਿਆ ਪੂਰਾ 4,50,000 ਦਾ। ਵੀਡੀਓ ਦੇਖ ਕੇ ਆਉਂਦਾ ਕੋਈ ਬੰਦਾ ਬਿਨਾ ਮੰਡੀ ਤੋਂ, ਮਾਨ ਕਰਕੇ ਆਉਂਦਾ ਯਾਰ ਵੀ ਮੈਂ ਸਪੈਸ਼ਲੀ ਟਰੈਕਟਰ ਵੇਖਣ ਆਇਆਗਾ। ਠੀਕ ਆ ਜੀ, 5,000 ਹੋਰ ਵੀ ਕਰ। ਠੀਕ ਆ ਜੀ, 5,000 ਹੋਰ ਮਾਨਤਾਨ ਹੋ ਜੀ। 4,45,000 ਦਾ। ਵੀਡੀਓ ਦੇਖ ਕੇ ਆਇਓ, ਸਕਰੀਨਸ਼ਾਟ ਲਿਆਇਓ, ਕੋਈ ਗੱਲ ਨਹੀਂ ਵੀਰੇ, ਮਾਨਤਾਨ ਹਰ ਇੱਕ ਬੰਦੇ ਦਾ, ਆਪਾਂ ਦੂਰੋਂ ਵਾਲੇ ਦਾ ਕਰਦੇ ਆ। ਠੀਕ ਆ ਬਾਈ ਜੀ, ਹਾਂ। ਤੇ ਅੱਗੇ ਤੁਹਾਨੂੰ ਦਿਖਾਉਣਾ ਜੀ ਸੋਨਾਲਿਕਾ DI 35 ਦਾ। ਇਹ ਵੀ 20 ਮਾਡਲ ਹੈ। 20 ਮਾਡਲ ਹੈ, ਸਿਕੰਦਰ ਮਾਡਲ ਆ ਗਿਆ ਇਹ ਵੀ। ਇਹ ਹੈ 39 HP ਕੈਟਾਗਰੀ ਦੇ ਵਿੱਚ ਹੈ। ਹਾਂਜੀ, ਇਹ ਵੀ ਟੌਪ ਮਾਡਲ ਹੈ, ਟੌਪ ਮਾਡਲ ਹੈ, ਡਬਲ ਕਲਚ ਪਾਵਰ ਸਟੀਅਰਿੰਗ। ਠੀਕ ਹੈ ਜੀ, ਸਾਰਾ ਕੁਝ ਓਕੇ ਹੈਗਾ। ਟਾਇਰਾਂ ਦੀ ਜੇ ਗੱਲ ਕਰੀਏ, ਨਾਲ ਦੀ ਹੈ ਬਾਈ, ਨਾਲ ਦੇ ਟਾਇਰ ਹੈ ਜੀ, 95 ਪੈਸੇ ਦੇ ਕਰੀਬ। 900 ਘੰਟਾ, 890-95 ਘੰਟੇ ਟਰੈਕਟਰ ਚੱਲਿਆ। ਠੀਕ ਹੈ ਜੀ, 900 ਦੇ ਲਵੇ ਲਾਉਣਾ ਚੱਲਿਆ ਹੋਇਆ। ਤੇ ਤੇਲ ਖਰਚਾ ਬਹੁਤ ਘੱਟ ਹੈ। ਨਹੀਂ ਨਹੀਂ, ਇਹ ਤਾਂ ਸੌਂਦੇ ਆ। ਜੇ ਕਿਸੇ ਨੇ ਕਿਰਾਏ ਕਰੂਏ ਤੇ ਲਾਉਣਾ ਹੋਵੇ ਟਰੈਕਟਰ, ਬਾਈ ਬਾਹੀ ਨੂੰ ਵੀ ਕਾਮਯਾਬ ਆ। ਹਾਂਜੀ, ਕਿਰਾਏ ਨੂੰ ਵੀ ਕਾਮਯਾਬ ਆ। ਹਾਂਜੀ, ਜਿਹੜੇ ਕੰਮ ਤੇ ਮਰਜ਼ੀ ਲਾ ਲਾ, ਕਿਸੇ ਤੇ ਮਰਜ਼ੀ, ਆਲਰਾਊਂਡਰ ਹੈ ਸੋਨਾ। ਆਲਰਾਊਂਡਰ, ਆਲਰਾਊਂਡਰ। ਠੀਕ ਹੈ ਜੀ, ਤੇ ਕਿੰਨੇ ਮਾਡਲ ਸੀਗਾ ਜੀ? ਇਹ ਵੀ 20 ਮਾਡਲ ਹੈ।
ਤੇ ਇਹਦੀ ਕੀ ਡਿਮਾਂਡ ਕਰਦੇ ਜੀ? ਇਹਦੀ 4,55,00,000 4,55,00,000 ਡਿਮਾਂਡ ਹੈ ਇਹਦਾ ਨੰਬਰ ਜੀ? ਨੰਬਰ ਇਹਦਾ ਵੀ ਸਰਸੇ ਸਰਸੇ ਦਾ ਨੰਬਰ। ਅੱਗੇ ਆ ਗਿਆ ਜੀ ਸੋਨਾ ਲਿਖਾ MM35। ਇਹ ਕੀ ਮਾਡਲ ਹੈ? 21 ਮਾਡਲ ਜੀ। ਇਹ ਪਾਵਰ ਸਟੀਅਰਿੰਗ, ਠੀਕ ਹੈ, ਟੇਲ ਬ੍ਰੇਕਾਂ, ਸੈਂਟਰ ਗੇਅਰ, ਸਿੰਗਲ ਕਲਚ, ਠੀਕ ਹੈ ਜੀ। ਟਾਇਰਾਂ ਦੀ ਜੇ ਗੱਲ ਕਰੀਏ ਘੋੜਾ ਮਾਪਰ ਲੱਗਾ ਹੋਇਆ ਮੂਹਰੇ, ਇਹਦੀ ਕੀ ਡਿਮਾਂਡ ਕਰਦੇ ਜੀ? ਇਹਦੀ 4,25,00,000 ਰੁਪਏ। 4,25,00,000 ਡਿਮਾਂਡ ਤੇ ਚੋਂ ਮਾਨ ਤਾਂ ਜੀ ਕਰਾਂਗੇ, ਕਿੰਨਾ ਕਰ ਦੋਗੇ ਜੀ? ਪੂਰਾ ਹੀ ਕਰ ਦਿਆਂਗੇ। 4,00,000 ਦਾ ਰੇਟ ਦੇ ਪੂਰੇ 4 ਦਾ, ਪੂਰੇ 4,00,000 ਇਹ ਸਿਰਫ ਸਿੰਗਲ ਕਲਚ ਕਰਕੇ ਦੇ ਜਾਂਦੇ। ਹਾਂਜੀ, ਉਹ ਨਾਲੇ 20 ਮਾਡਲ ਆਪਾਂ ਦੇਵਾਂਗੇ 4,40,000 ਦਾ। ਹਾਂਜੀ, ਉਹ ਡਬਲ ਕਲਚ ਆ ਗਿਆ, ਠੀਕ ਆ ਬਾਈ ਜੀ। ਅੱਗੇ ਆ ਗਿਆ ਜੀ ਨਿਊ ਹੋਲੈਂਡ 3730 TX ਮਾਡਲ ਆ, ਤੇ 55 HP ਵਾਲਾ ਆ ਗਿਆ, ਪਲੱਸ ਵਾਲਾ, ਪਲੱਸ ਵਾਲਾ 55 HP। 2009 ਮਾਡਲ ਹੈ। ਹਾਂਜੀ ਬਾਈ ਜੀ, ਟਾਪ ਮਾਡਲ ਆ, 3 ਸਪੀਡ, 3 ਸਪੀਡ ਆ, ਮਗਰਲੇ ਟਾਇਰ BKT ਕਮਾਂਡਰ ਦੇ ਆ, ਮਹਿੰਗੇ ਵਾਲੇ, ਮਹਿੰਗੇ ਪੂਰੇ ਮਹਿੰਗੇ, ਸਭ ਤੋਂ ਮਹਿੰਗੇ ਇਸ ਟਾਈਮ ਇਹੀ ਹੈ, 16928 ਵਾਲੇ। 20,000 ਦਾ ਉੱਪਰ ਸਿਸਟਮ ਹੈ, 10,000 ਦੀ ਕਨੋਪੀ ਹੈ। ਲਾਉਂਦੇ ਤਾਂ ਨਹੀਂ ਪ੍ਰੋਜੈਕਟ? ਨਾ ਵੀਰ, ਲਾਉਣ ਵਾਲਾ ਕੰਮ ਹੀ ਨਹੀਂ ਆਪਣਾ, ਲਾ ਕੇ ਮਾਈ ਦੇ ਦੀ ਹੈ। ਨਾ ਨਾ, ਆਪਾਂ ਲਾ ਕੇ ਕੀ ਕਰਨਾ? ਠੀਕ ਹੈ ਜੀ, ਪੂਰਾ ਰੂਟਸ ਦੇ ਹਾਰਨ ਵੀ ਲੱਗੇ ਹੋਏ ਆ, ਠੀਕ ਹੈ ਜੀ, ਓਰੀਜਨਲ ਆ ਜਮਾ, ਓਰੀਜਨਲ ਜਮਾ ਵੀਰੇ, ਗਾਰੰਟੀ ਹੋਊਗੀ ਅਸੀਂ। 50,000 ਦਾ ਸਤੀ ਲੱਗਾ ਹੈ ਟਰੈਕਟਰ ਦੇ ਨਾਲ, ਉਹ ਸਾਹਮਣੇ ਦਿੰਦਾ, ਆਪਾਂ ਤੁਹਾਨੂੰ ਦੱਸਤਾ ਕਿੰਨੇ ਦਾ ਮਰਜ਼ੀ ਗਿਣ ਲਓ, ਠੀਕ ਹੈ ਜੀ। 4,95,000 ਰੁਪਏ ਡਿਮਾਂਡ ਹੈ, 3 ਸਪੀਡ ਦੇ ਵਿੱਚ ਟਾਪ ਮਾਡਲ ਟਰੈਕਟਰ, ਬਠਿੰਡਾ ਨੰਬਰ, ਬਠਿੰਡਾ ਨੰਬਰ ਆ, ਹਾਂ। 4,95,000 ਡਿਮਾਂਡ ਆ, ਇਹ ਇਹਦੀ ਇਹ ਮਾਨਤਾਨ ਦੀ ਗੱਲ ਕਰੀਏ, 4,70,000 ਦਾ ਦੇ ਦਾਂਗੇ ਟਰੈਕਟਰ, ਠੀਕ ਆ ਬਾਈ ਜੀ। ਅੱਗੇ ਆ ਗਿਆ ਜੀ ਸਵਰਾਜ 735 ਟਰੈਕਟਰ ਆ, ਛੋਟਾ ਸਿੰਗਲ ਸਟਾਰ, ਹਾਂ ਸਿੰਗਲ ਸਟਾਰ, ਪਰ ਗੁਣੀ ਗੁਣ ਹੈ, ਅੱਗੇ ਤੋਂ ਲੈ ਕੇ ਪਿੱਛੇ ਤੋਂ ਇੱਕ ਗੇੜਾ ਦੇ ਦੇ, ਗੁਣੀ ਗੁਣ ਹੈ, ਆਖਿਆ ਕੀ ਵੀ ਘਸਾ ਜਿਹਾ ਰੇਟਰ ਹੈ, ਲਿਬੜਾ ਜਿਹਾ ਖੜਾ, ਗੁਣ ਇਹਦੇ ਚ ਕੀ ਹੋਣਗੇ, ਪਰ ਇਹ ਚ ਗੁਣੀ ਆ ਸਾਰੇ। ਦੱਸੋ ਮਾੜਾ ਹੈ ਜੀ, 99 ਮਾਡਲ ਹੈ, ਹਾਂਜੀ, ਵੱਡਾ ਗੇਅਰ ਆ ਜਾਂਦਾ ਇਹਦੇ, ਜਿਹਨੂੰ ਪਤਾ ਹੈਗਾ, ਹਾਂਜੀ ਹਾਂਜੀ, ਲੈਫਟ ਪੰਪ ਬਾਹਰ ਹੈ, ਬਾਹਰ ਪੰਪ ਵਾਲਾ, ਬਾਹਰ ਪੰਪ ਵਾਲਾ ਆ ਗਿਆ, ਹਾਂਜੀ, ਮੂਹਰਲੇ ਹਿੱਸੇ ਦਾ ਕੰਮ ਹੋਇਆ, ਐਂਡ ਸਾਰੇ ਨਵੇਂ ਪਏ ਆ, ਇੰਜਣ ਦਾ ਕੰਮ ਹੋਇਆ, ਹਾਂਜੀ, ਬ੍ਰੇਕਾਂ ਦਾ ਕੰਮ ਹੋਇਆ, ਹਾਂਜੀ, ਮੀਟਰ ਮੂਟਰ ਬਾਬੂ ਝਾਤ ਮਾਰਦੇ ਸਾਰੇ ਨਵੇਂ ਪਏ ਆ, ਸਾਰੇ ਨਵੇਂ ਮੀਟਰ ਆ, ਸੈਲਫ ਸਟਾਰਟ ਆ, ਬੈਟਰੀ ਨਵੀਂ ਆ, ਠੀਕ ਆ ਬਾਈ ਜੀ। ਕੁੱਲ 1,60,000 ਰੁਪਏ ਰੇਟ ਹੈ, ਗੋਣੇ ਦੇ ਚ ਇਹੀ ਆ ਵੀ 1,80,000-85,000 ਦਾ ਵਿਕਦਾ ਇਹ, ਹਾਂਜੀ ਹਾਂਜੀ, 1,60,000 ਰੁਪਏ ਦਾ ਰੇਟ ਹੈ, ਖੇਤੋਂ ਹੀ ਆਇਆ ਤੇ ਖੇਤ ਹੀ ਲੈ ਜਾਓ, ਕੰਮ ਹੀ ਦੇਊਗਾ, ਕੋਈ ਪ੍ਰਵਾਹ ਨਹੀਂ, ਕੱਦੂ ਚ ਜੋੜ ਦੋ, ਕੱਦੂ ਲੈ ਆਇਆ, ਕੱਦੂ ਜੀ, ਫਿਰ ਕੱਦੂ ਜੀ ਜਾ ਉਹ ਤੋਤਾ ਵੀ ਨਹੀਂ ਹਜੇ ਤੱਕ, ਜਮਾ ਜਮਾ ਨਹੀਂ ਦਬਦਾ ਨਾ, ਇਹਦੀ ਮਾਨਤਾਨ ਦੀ ਗੱਲ ਕਰੀਏ ਜੀ ਮਾੜੀ, ਇੱਕੋ ਹੀ ਰੇਟ 1,45,000 ਦਾ ਰੇਟ ਦੇਵਾਂਗੇ, 1,45,000 ਦਾ, ਆਸ਼ੇ ਦੇ ਮੁੱਲ ਚ ਸਵਰਾਜ, ਆਸ਼ੇ ਦੇ ਮੁੱਲ ਚ ਸਵਰਾਜ। ਅੱਗੇ ਆ ਗਿਆ ਜੀ ਅਰਜਾ ਬੈਲੀ, ਕਿੰਨੇ ਮਾਡਲ ਆ ਇਹ ਜੀ? ਇਹ 2009 605 DI, 605 16 ਦੇ ਟਾਇਰਾਂ ਚ, ਹਾਂਜੀ, 80-85 ਪਾਸੇ ਟਾਇਰ ਹੈ, ਪਾਵਰ ਸਟੀਅਰਿੰਗ, ਪਾਵਰ ਸਟੀਅਰਿੰਗ ਟਾਪ ਮਾਡਲ, ਇੱਕ ਦੇ ਨਾਲ ਮਗਰ ਪੁਰਜਾ ਵੀ ਹੈ, ਉਹ ਵੀ ਦਿਖਾਉਣੇ ਆ, ਹਾਂ। ਤੇ ਟਰੈਕਟਰ ਦੀ ਜੇ ਗੱਲ ਕਰੀਏ ਰੰਗ ਪੇਂਟ ਦੀ, ਰੰਗ ਪੇਂਟ ਦਾ ਤਕਰੀਬਨ ਇਹਦੇ ਨਾਲ ਰਿਮਾਂ ਤੇ ਮਾੜਾ ਮੋਟਾ ਸਿੰਘ ਹੈਗੀ ਪਹਿਲਾਂ ਪੁਰਾਣੀ, ਠੀਕ ਠੀਕ, ਜ਼ਿਮੀਂਦਾਰ ਟਰੈਕਟਰ ਦਾ, ਠੀਕ, ਘਰੇਲੂ ਆ, ਘਰੇਲੂ ਟਰੈਕਟਰ ਹੈਗਾ, ਤੇ 3 ਸਪੀਡ ਹੈ ਜੀ? ਨਾ ਇਹ 2 ਆ, 2 ਸਪੀਡ ਆ, 3 ਸਪੀਡ, ਠੀਕ ਹੈ ਜੀ। ਇਹਦੇ ਨੰਬਰ ਦੀ ਗੱਲ ਕਰੀਏ, ਨੰਬਰ ਇਹਦਾ ਰਾਜਸਥਾਨ ਦਾ, ਰਾਜਸਥਾਨ ਨੰਬਰ ਆ, ਹਾਂ। ਇਹਦੀ ਕੀ ਡਿਮਾਂਡ ਕਰਦੇ ਹੋ ਜੀ? 3,500,000 ਰੁਪਿਆ ਮਾਨਤਾਨ ਜੀ, 3,20,000 ਰੁਪਿਆ, ਠੀਕ ਹੈ ਜੀ। ਅੱਗੇ ਟਰਾਲੀ ਵੀ ਸੁਣ, ਟਰਾਲੀ ਆ ਇਹ, ਵਧੀਆ ਸਾਫ਼ ਪਈ ਹੈ, ਬਿਨਾਂ ਜੈਕ ਤੋਂ ਹੈ, ਠੀਕ ਹੈ ਜੀ। ਕੰਡੀਸ਼ਨ ਬੱਬੂ ਦਿਖਾ ਦੇ ਸਾਰੀ ਟਾਇਰਾਂ ਦੀ, ਕਿਹੜੀ ਹੈ ਜੀ? ਇਹ ਹੈਗੀ 10-6-2, ਠੀਕ ਹੈ ਜੀ, 10 ਫੁੱਟੀ ਹੈ।
ਤੇ ਫਰਸ਼ ਫੁਰਸ਼ ਪੂਰਾ ਸਾਫ ਪਿਆ ਵਧੀਆ ਪਿਆ ਸਭ ਤੇ ਟਾਇਰ ਵੀ ਪੂਰੇ ਵਧੀਆ ਬੇਦਾਗ ਉਹ ਡੰਗ ਲਾ ਦੇਣਗੇ ਟਾਇਰ ਹਾਂਜੀ ਇਹਦੀ ਕੀ ਡਿਮਾਂਡ ਆ ਟਰਾਲੀ ਦੀ ਇਹ ਡਿਮਾਂਡ ਆ 70,000 ਰੁਪਇਆ ਇੱਕੋ ਹੀ ਰੇਟ ਆ 60,000 ਦੀ ਦੇਣੀ ਹੈ ਠੀਕ ਹੈ ਜੀ ਹਾਂ ਤੇ ਐਡਰੈਸ ਦੱਸ ਦਿਓ ਜੀ ਇੱਕ ਵਾਰੀ ਆਪਣਾ ਉਹੀ ਆਪਣਾ ਰੋੜੀ ਰੋਡ ਹਾਂਜੀ ਤਲਵੰਡੀ ਤੋਂ ਰੋੜੀ ਨੂੰ ਜਾਂਦੇ ਆ ਸੱਜੇ ਹੱਥ ਮਹਿੰਦਰਾ ਏਜੰਸੀ ਦੇ ਨਾਲ 2 ਨੰਬਰ ਪਲਾਟ ਆ ਉੱਚੇ ਥਾਂ ਦੇ ਵਿੱਚ ਠੀਕ ਹੈ ਤੇ ਲੋਨ ਹੋ ਰਿਹਾ ਟਰੈਕਟਰਾਂ ਦੇ ਹਾਂ ਬਾਈ ਜਿਹਦੀ ਜਿਹੜਾ ਟਰੈਕਟਰ ਉੱਚੇ ਮਾਡਲ ਦੇ ਸਾਰਿਆਂ ਦੇ ਲੋਨ ਹੋ ਜੂਗਾ ਤੇ ਪੁਰਾਣਾ ਟਰੈਕਟਰ ਜੇ ਕਟਾਉਣਾ ਹੋਵੇ ਵਿੱਚ ਵਾਜਬ ਰੇਟ ਦਿੰਨੇ ਆ ਵਾਜਬ ਰੇਟ ਰੱਖਾਂਗੇ ਵੀ ਬਾਈ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ ਵੀਰੇ ਆਪਣਾ 9417323636 ਠੀਕ ਹੈ ਜੀ ਤੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਕਈ ਵਾਰੀ ਫੋਨ ਕਾਲ ਕਰਦੇ ਕੰਮ ਦਾ ਸੀਜ਼ਨ ਚੱਲੀ ਜਾਂਦਾ ਹਾਂਜੀ ਹਾਂਜੀ ਸਾਰੇ ਵੀਰਾਂ ਦੇ ਫੋਨ ਕਾਲ ਚੱਕੇ ਵੀ ਨਹੀਂ ਜਾਂਦੇ ਤਾਂ ਮੇਰਾ ਆਹੀ ਨੰਬਰ ਤੇ WhatsApp ਚੱਲਦਾ ਇੱਕੋ ਹੀ ਨੰਬਰ ਹੈ ਮੇਰੇ ਕੋਲ ਮੈਸੇਜ ਕਰ ਲਓ ਇਹ ਤੇ WhatsApp ਤੇ ਮੈਸੇਜ ਕਰ ਦਿਓ ਨਾਲ ਆਪਦਾ ਨਾਂ ਤੇ ਪਿੰਡ ਦਾ ਨਾਂ ਲਿਖ ਲਓ ਕਿਉਂਕਿ ਨੰਬਰ ਸੇਵ ਕਰਿਆ ਜਾਂਦਾ ਹਾਂਜੀ ਉਸ ਤੋਂ ਬਾਅਦ ਉਹਨੂੰ ਆਪਾਂ ਬੰਦੇ ਨੂੰ WhatsApp ਦੇ ਵਿੱਚ ਗਰੁੱਪ 'ਚ ਵੀ ਐਡ ਕਰ ਲਾਂਗੇ ਕਿਉਂਕਿ ਫਿਰ ਸਦਾ ਵਾਸਤੇ ਬੰਦਾ ਜੁੜ ਜਾਂਦਾ ਠੀਕ ਹੈ ਜੀ ਇੱਕ ਜਾਣਕਾਰੀ ਹੈ ਫਿਰ ਉਹਦੇ ਤੇ ਟਰੈਕਟਰਾਂ ਵਾਲੀ ਜਾਣਕਾਰੀ ਹੈ ਹਾਂ ਹਾਂ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ।